ਸਸ ਸਿਕਲ ਜੀ ਤੁਸੀਂ ਦੇਖ ਰਹੇ ਹੋ ਗੁਰੂ ਨਾਨਕ ਸੋਲਰ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਮੋਨੋਬਲੋਕ ਮੋਟਰ ਦੀ ਅਨਬਾਕਸਿੰਗ ਔਰ ਉਹਦੇ ਕੰਟਰੋਲਰ ਦੀ ਅਨਬਾਕਸਿੰਗ ਔਰ ਇਹ ਜਿਹੜੀ ਅਨਬਾਕਸਿੰਗ ਆਪਾਂ ਕਰਨ ਜਾ ਰਹੇ ਹਾਂ ਅੱਜ ਇਹ ਇੱਕ ਬਹੁਤ ਜਾਣਿਆ ਮਾਨਿਆ ਬ੍ਰਾਂਡ ਹੈਗਾ ਹੈ ਇਹ ਉਸ ਦਾ ਇਹ ਮੋਨੋਬਲੋਕ ਮੋਟਰ ਹੈਗੀ ਹੈ ਔਰ ਇਹਦੇ ਆਪਾਂ ਲਗਾ ਰਹੇ ਹਾਂ ਇੱਕ 3 ਐਚਪੀ ਦੀ ਮੋਨੋਬਲੋਕ ਮੋਟਰ ਜਿਹੜੀ ਕਿ ਸਾਡੀ 10 ਪੈਨਲਾਂ ਦੇ ਉੱਤੇ ਚੱਲੂਗੀ ਔਰ ਇਹ ਜਿਹੜਾ ਟੋਟਲ ਸੈਟਅਪ ਆ ਆਪਾਂ ਇੱਕੋ ਕੰਪਨੀ ਬ੍ਰਾਂਡ ਦਾ ਲਗਾ ਰਹੇ ਹਾਂ ਉਹ ਬ੍ਰਾਂਡ ਹੈਗਾ ਏ ਵਾਰੀ ਹਾਂਜੀ ਇਹ ਵਾਰੀ ਦੀ ਮੋਨੋ ਬਲੋਕ ਮੋਟਰ ਜਿਹੜੀ ਆ ਤੁਸੀਂ ਪਹਿਲੀ ਵਾਰੀ ਸਾਡੇ YouTube ਚੈਨਲ ਦੇ ਉੱਤੇ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਉੱਪਰ ਬ੍ਰਾਂਡਿੰਗ ਜਿਹੜੀ ਕੰਪਨੀ ਦੀ ਹੋਈ ਦੀ ਹੈ ਵਾਰੀ ਬ੍ਰਾਂਡਿੰਗ ਲਿਖਿਆ ਹੋਇਆ ਅਗਰ ਤੁਸੀਂ ਇਹਨੂੰ ਥੋੜਾ ਜਿਹਾ ਜ਼ੂਮ ਕਰਕੇ ਦੇਖੋਗੇ ਆਪਣੀ ਵੀਡੀਓ ਦੇ ਵਿੱਚ ਔਰ ਇਹ ਸਾਰਾ ਹੀ ਇਹਦਾ ਜਿਹੜਾ ਵਾ ਸਪੈਸੀਫਿਕੇਸ਼ਨ ਜਿਹੜੀ ਆ ਤੁਹਾਨੂੰ ਇਹਦੀ ਦੇਖਣ ਨੂੰ ਮਿਲੇਗੀ ਇਹ ਵਾਰੀ ਦੀ 3 HP ਦੀ ਮੋਨੋ ਬਲੋਕ ਚਾਰ ਚਾਰ ਦੇ ਪੱਖੇ ਦੇ ਵਿੱਚ ਇਹ ਜਿਹੜੀ ਹੈਗੀ ਹੈ ਮੋਟਰ ਹੈਗੀ ਹੈ ਇਹਦੀ ਬਾਕੀ ਡਿਟੇਲ ਮੈਂ ਆਉਣ ਵਾਲੀ ਵੀਡੀਓ ਦੇ ਵਿੱਚ ਦਵਾਂਗਾ ਅੱਜ ਸਿਰਫ ਤੁਹਾਨੂੰ ਅਨਬਾਕਸਿੰਗ ਦਿਖਾ ਰਹੇ ਹਾਂ ਇਹਦੀ ਔਰ ਇਹਦੇ ਨਾਲ ਜਿਹੜਾ ਇਹਦਾ ਕੰਟਰੋਲਰ ਲੱਗੇਗਾ ਉਹਦੀ ਅਨਬਾਕਸਿੰਗ ਦਿਖਾਵਾਂਗੇ ਚਾਰ ਚਾਰ ਦਾ ਪੱਖਾ ਲੱਗਾ ਹੋਇਆ ਹੈ 3 HP ਦੀ ਇਹ ਮੋਟਰ ਹੈਗੀ ਹੈ ਔਰ ਇਹ AC ਮੋਟਰ ਹੈਗੀ ਆ ਹਾਂਜੀ 220 ਵੋਲਟ ਦੇ ਵਿੱਚ AC ਮੋਟਰ ਹੈਗੀ ਹੈ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਔਰ ਇਹ ਇਹਦਾ ਕੰਟਰੋਲਰ ਹੈਗਾ ਜਿਹੜਾ ਇਹਦੇ ਨਾਲ ਕੰਪਲੀਟ ਇੱਕ ਸੈੱਟ ਦੇ ਰੂਪ ਚ ਆਉਂਦਾ ਹੈ ਕਿਉਂਕਿ ਕੋਈ ਵੀ ਇਹਦੀ ਚੀਜ਼ ਇਕੱਲੀ ਨਹੀਂ ਮਿਲਦੀ ਨਾ ਤੇ ਇਹਦਾ ਪੰਪ ਇਕੱਲਾ ਮਿਲੇਗਾ ਨਾ ਇਹਦਾ ਜਿਹੜਾ ਵਾ ਕੰਟਰੋਲਰ ਇਕੱਲਾ ਮਿਲੇਗਾ ਪੂਰਾ ਸੈੱਟ ਮਿਲੂਗਾ ਇਹ 220 ਵੋਲਟ ਜਿਹੜਾ ਵਾ 3 ਫੇਸ ਦੇ ਵਿੱਚ ਕਰੰਟ ਦਿੰਦਾ ਔਰ ਇਹ ਜਿਹੜੀ ਮੋਟਰ ਹੈ ਸਿੰਗਲ ਫੇਸ ਜਨਰੇਟਰ ਦੇ ਉੱਥੋਂ ਵੀ ਆਪਾਂ ਇਹਨਾਂ ਨੂੰ ਰਨ ਕਰ ਸਕਦੇ ਹੁੰਨੇ ਆ ਥਰੂ ਡਰਾਈਵ ਦੇ ਹੀ ਔਰ ਇਹ ਜਿਹੜੀ ਹੈ ਇਹ ਡਰਾਈਵ ਜਿਹੜੀ ਹੈ ਵਾਰੀ ਕੰਪਨੀ ਦੀ ਹੀ ਡਰਾਈਵ ਹੈਗੀ ਹੈ ਇਹ ਟੋਟਲ ਵਾਟਰ ਪ੍ਰੂਫ ਹੈਗੀ ਹੈ ਔਰ ਇੰਡੋਰ ਆਰਡਰ ਦੋਨਾਂ ਜਗ੍ਹਾ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਇਹ ਜ਼ਿਆਦਾਤਰ ਜਿਹੜੀ ਇਹ ਡਿਜ਼ਾਈਨਿੰਗ ਹੋਈ ਹੋਈ ਹੈ ਇਹ ਦੀ ਪੰਪ ਦੀ ਇਹ ਆਊਟਡੋਰ ਵਾਸਤੇ ਡਿਜ਼ਾਈਨ ਕੀਤੀ ਗਈ ਹੈ ਕਿ ਇਹਨੂੰ ਆਪਾਂ ਪੈਨਲ ਦੇ ਨੀਚੇ ਮਾਊਂਟ ਕਰ ਸਕਦੇ ਆ ਅਗਰ ਕੋਈ ਮੰਨ ਵਾਲਾ ਸਟਰਕਚਰ ਹੈ ਉੱਥੇ ਕਰ ਸਕਦੇ ਆ ਫਿਕਸ ਸਟਰਕਚਰ ਹੈ ਤਾਂ ਵੀ ਉਹਦੇ ਥੱਲੇ ਮਤਲਬ ਟੋਟਲ ਵਾਟਰ ਪ੍ਰੂਫ ਡਰਾਈਵ ਹੈਗੀ ਹੈ ਇਹਨੂੰ ਆਪਾਂ ਕਿਤੇ ਵੀ ਮਾਊਂਟ ਕਰ ਸਕਦੇ ਆ ਔਰ ਇਹ ਜਿਹੜੀ 3 एचपी ਦਾ ਮਾਡਲ ਹੈਗਾ ਇਹਦੇ ਵਿੱਚ ਅਲੱਗ-ਅਲੱਗ ਮਾਡਲ ਆਉਂਦੇ 5 एचपी ਦਾ ਵੀ ਮਾਡਲ ਆਉਂਦਾ ਹੈ ਔਰ 7.5 ਦਾ ਵੀ ਇਹਦੇ ਵਿੱਚ ਮਾਡਲ ਆਉਂਦਾ ਹੈ ਬਟ ਇਹ ਜਿਹੜਾ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ 3 एचपी ਦਾ ਇਹ ਸੈੱਟ ਹੈਗਾ ਕੰਪਲੀਟ ਵਾਰੀ ਕੰਪਨੀ ਦਾ ਸੈੱਟ ਹੈਗਾ ਤੁਸੀਂ ਦੇਖ ਸਕਦੇ ਹੋ ਬ੍ਰਾਂਡਿੰਗ ਹੋਈ ਹੋਈ ਆ ਔਰ ਇਹ ਜਿਹੜਾ ਪੈਨਲ ਹੈਗਾ ਇਹ ਸਾਰਾ ਵਾਟਰਪੂਫ ਪੈਨਲ ਹੈ ਇਹਦੇ ਵਿੱਚ ਸਾਰੇ ਪੈਰਾਮੀਟਰਸ ਵਗੈਰਾ ਸੈੱਟ ਕਰਨ ਵਾਸਤੇ ਜਿਹੜੀਆਂ ਇਹਦੇ ਕੀਜ਼ ਦਿੱਤੀਆਂ ਹੋਈਆਂ ਨੇ ਔਰ ਇਹਦਾ ਡੀਸੀ ਐਮਸੀਬੀ ਲੱਗਾ ਹੋਇਆ ਹੈ ਇਹਦੇ ਅੰਦਰ ਜਿਹੜਾ ਤੁਸੀਂ ਦੇਖ ਰਹੇ ਹੋ ਔਰ ਪੂਰਾ ਕਵਰ ਵੀ ਉਪਰੋ ਜਿਹੜਾ ਹੈ ਸੀਲਡ ਹੋ ਜਾਂਦਾ ਹੈ ਪੂਰਾ ਲੌਕ ਹੋ ਜਾਂਦਾ ਹੈ ਕਿ ਤਾਂ ਜਿਹਰ ਵਿੱਚ ਪਾਣੀ ਨਾ ਜਾ ਸਕੇ ਔਰ ਇਹ ਸੋਲਰ ਪੈਨਲ ਵਾਸਤੇ MC4 ਕਨੈਕਟਰ ਲੱਗੇ ਹੋਏ ਹਨ ਇਹ ਮੋਟਰ ਦੀ ਵਾਇਰ ਹੈ 3 ਫੇਸ ਦੀ ਔਰ ਇਹ আর্থਿੰਗ ਹੈਗੀ ਆ ਔਰ ਆਨ ਆਫ ਸਵਿਚ ਦਿੱਤਾ ਹੋਇਆ আর্থਿੰਗ ਹਰ ਮਸਟ ਜ਼ਰੂਰੀ ਹੁੰਦੀ ਆ ਆਪਾਂ ਆਪਣੇ ਜਿੰਨੇ ਵੀ ਸਿਸਟਮ ਲਗਾਉਣੇ ਆ ਉਹਦੇ ਵਿੱਚ আর্থਿੰਗ ਮਸਟ ਕਹਿੰਨੇ ਕਿ আর্থਿੰਗ ਜ਼ਰੂਰ ਲਗਾਈ ਜਾਏ ਔਰ ਇਹਦੇ ਵਿੱਚ ਇੱਕ ਡਾਇਗਰਾਮ ਦਿੱਤੀ ਗਈ ਆ ਜਿਹਦੇ ਉੱਤੇ ਜਿਹੜੀ ਆ ਸਾਰੀ ਡਾਇਗਰਾਮ ਨੂੰ ਆਪਾਂ ਦੇਖ ਕੇ ਕਨੈਕਸ਼ਨ ਕਰ ਸਕਦੇ ਹਾਂ ਕਿ ਸਾਡੇ ਸੋਲਰ ਪੈਨਲ ਕਿੱਥੇ ਲੱਗਣਾ ਹੈ ਪੰਪ ਜਾਂ ਤਾਰਾਂ ਕਿੱਥੇ ਲਗਣੀਆਂ ਔਰ ਜਿਹੜੇ ਸਾਡੀ ਅਰਥਿੰਗ ਕਿੱਥੇ ਕਨੈਕਟ ਹੋਣੀ ਹੈ ਬਾਕੀ ਇਹਦੇ ਸੇਫਟੀ ਪ੍ਰੋਕਾਸ਼ਨਸ ਹੈਗੇ ਜਿਹੜੇ ਦੇ ਸਾਈਡ ਤੇ ਲਿਖੇ ਹੋਏ ਆ ਔਰ ਇਹ ਜਿਹੜੀ ਮੋਟਰ ਦੀ ਜਿਹੜੇ ਕੰਟਰੋਲਰ ਦੀ ਸਾਰੀ ਸਪੈਸੀਫਿਕੇਸ਼ਨ ਹੈ ਉਹ ਮੈਂ ਤੁਹਾਨੂੰ ਦਿਖਾ ਲ ਦਿੰਨਾ ਚੈਨਲ ਤੇ ਸਗਰ ਪਹਿਲੀ ਵਾਰੀ ਆਇਓ ਲਾਈਕ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਇਥੇ ਸੋਲਰ ਦੇ ਉੱਤੇ ਹੀ ਵੀਡੀਓਜ਼ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਔਰ ਤੁਸੀਂ ਦੇਖ ਸਕਦੇ ਹੋ 45 ਔਰ ਜਿਹੜੀ ਹੈ 270 ਤੋਂ ਲੈ ਕੇ 420 ਵੋਲਟ ਐਮਪੀਬੀਬੀਡੀ ਕੰਮ ਕਰਦਾ ਹੈ ਔਰ 9 ਐਂਪੀਅਰ ਤੱਕ ਜਿਹੜੀ ਹੈ ਇਹ ਲੋਡ ਲੈ ਸਕਦੀ ਹੈ ਆਈਪੀ 65 ਹੈ ਟੋਟਲ ਵਾਟਰਪੂਫ ਹੈਗੀ ਹੈ ਔਰ ਇਹਦੇ नीचे ਜਿਹੜਾ ਹੀਟ ਸਿੰਕ ਦਿੱਤਾ ਗਿਆ ਹੈ ਇਹਦੀਆਂ ਅਗਲੀਆਂ ਵੀਡੀਓਜ਼ ਦੇ ਵਿੱਚ ਇਹਦੀ ਪੂਰੀ ਇੰਸਟਾਲੇਸ਼ਨ ਲੈ ਕੇ ਆਵਾਂਗੇ ਚਲਦੀ ਵਿਖਾਵਾਂਗੇ ਪਾਣੀ ਦਾ ਲੈਵਲ ਦਿਖਾਵਾਂਗੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਸਾਰੀ ਡਿਟੇਲ ਲੈ ਕੇ ਸਾਂਝੀ ਕਰਾਂਗੇ ਸਤਿ ਸ੍ਰੀ ਅਕਾਲ ਜੀ